चटनी चेक करो गुलाब जामुन जलेबी ट्राई करा जी बेस्ट होंगी ਸਿਗਾਈ ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ ਚੈਨਲ ਉਪਰ ਸਾਰੇ ਜਿਹੜੇ ਘੈਂਟ ਹੋ ਗਏ ਸੋ ਅੱਜ ਤੋਂ ਫਿਰ ਤੋਂ ਇਹ ਨਵੀਂ ਸੀਰੀਜ਼ ਲੈ ਕੇ ਆਏ ਹਾਂ ਸੋਰੀ ਸੇ ਨਵੀਂ ਸੀਰੀਜ਼ ਨਹੀਂ ਆਪਾਂ ਫਿਰ ਤੋਂ ਫੂਡ ਵਲੌਗਿੰਗ ਦੀ ਸੀਰੀਜ਼ ਲੈ ਕੇ ਆਏ ਹਾਂ ਇੱਕ ਸੋ ਅੱਜ ਅਸੀਂ ਦੁਬਾਰਾ ਤੋਂ ਕੁਝ ਨਵਾਂ ਟਰਾਈ ਕਰਾਂਗੇ ਫੇਮਸ ਚੀਜ਼ਾਂ ਐਕਸਪਲੋਰ ਕਰਾਂਗੇ ਤੁਹਾਨੂੰ ਵਿਖਾਵਾਂਗੇ ਜਿਹੜਾ ਤੁਹਾਨੂੰ ਪਤਾ ਹੈ ਪਿਛਲੇ ਵਲੌਗ 'ਚ ਗਏ ਸੀ ਸੈਂਡਵਿਚ ਵਗੈਰਾ ਖਾਧਾ ਸੀ ਸੋ ਇਸ ਵਲੌਗ ਸਭ ਤੋਂ ਪਹਿਲਾਂ ਇਹ ਖਾਵਾਂਗੇ ਅੰਮ੍ਰਿਤਸਰ ਦਾ ਬਹੁਤ ਫੇਮਸ ਨਿਊਟਰੀ ਕੁਲਚਾ ਸੋ ਮੈਂ ਬਥੇਰਾ ਨਾਂ ਸੁਣਿਆ ਵਾ ਉਸ ਬੰਦੇ ਦਾ ਤੁਹਾਨੂੰ ਜਾ ਕੇ ਵਿਖਾਵਾਂਗੇ ਕਿਹੜਾ ਵਾ ਅਤੇ ਐਂਡ ਮੈਨੂੰ ਇੱਕ ਸਜੈਸ਼ਨ ਵੀ ਚਾਹੀਦਾ ਤੁਹਾਡੇ ਤੋਂ ਕਿ ਮਤਲਬ ਆਪਾਂ ਹੁਣ ਜਿੱਦਾਂ ਫੂਡ ਵਲੌਗਿੰਗ ਕਰਦੇ ਪਏ ਹਾਂ ਅਤੇ ਉਹਦੇ ਵਿੱਚ ਤੁਹਾਨੂੰ ਇੰਪਰੂਵਮੈਂਟਸ ਦੱਸੋ ਤੁਹਾਨੂੰ ਕਿਹੜੀ ਕਿਹੜੀ ਚੀਜ਼ 'ਤੇ ਕਰਨੀ ਚਾਹੀਦੀ ਆ ਫਸਟ ਮੈਨੂੰ ਮਾਈਕ ਦਾ ਪਤਾ ਵਾ ਮਾਈਕ ਮੈਂ ਅਰੇਂਜ ਕਰਦਾ ਪਿਆ ਵਾ ਕਿਤੋਂ ਵਧੀਆ ਜਿਹਾ ਮਿਲ ਜੇ ਐਂਡ ਸੈਕੰਡਲੀ ਮੈਨੂੰ ਸਜੈਸ਼ਨ ਕਰਿਓ ਕਿ ਮੈਂ ਨੋਨ ਵੈੱਜ ਵੀ ਐਕਸਪਲੋਰ ਕਰਾਂ ਆਪਣੇ ਪੇਜ 'ਤੇ ਕਿ ਹਜੇ ਸਿਰਫ ਵੈੱਜ ਐਕਸਪਲੋਰ ਕਰਾਂ ਸੋ ਜਿੰਨੇ ਦੇ ਤੁਹਾਡੇ ਸਜੈਸ਼ਨ ਹੋਣਗੇ ਮੈਂ ਉਸ ਹਿਸਾਬ ਨਾਲ ਆਪਾਂ ਸਟਾਰਟ ਕਰਾਂਗੇ ਵੀ ਤੁਹਾਨੂੰ ਵਿਖਾਉਣ ਲਈ ਆਪਾਂ ਕਰਦੇ ਹਾਂ ਤੁਹਾਨੂੰ ਪਸੰਦ ਆਉਣਾ ਚਾਹੀਦਾ ਜਦੋਂ ਤੁਸੀਂ ਕਹੋਗੇ ਆਪਾਂ ਉੱਦਾਂ ਹੀ ਕਰਾਂਗੇ ਸੋ ਹੁਣ ਆਪਾਂ ਚੱਲਦੇ ਹਾਂ ਆਪਣਾ ਜਸ਼ਨ ਨੂੰ ਪਿਕਅਪ ਕਰਦੇ ਹਾਂ ਅਤੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਸਜੈਸ਼ਨਸ ਅਤੇ ਡਿਫਰੈਂਟ ਪਲੇਸਿਸ ਵੀ ਦੱਸਿਓ ਕਿਹੜੀ ਕਿਹੜੀ ਆ ਆਪਾਂ ਹੋਰ ਜਾਈਏ ਅੰਮ੍ਰਿਤਸਰ ਦੇ ਵਿੱਚ ਅਤੇ ਇਹ ਵੀ ਦੱਸਿਓ ਕਿ ਨੋਨ ਵੈੱਜ ਕਰੀਏ ਸਟਾਰਟ ਐਕਸਪਲੋਰ ਕਰਨਾ ਕਿ ਸਾਡੇ ਵੈੱਜ ਦੇ ਰੱਖੀ ਸੋ ਆਪਾਂ ਹੁਣ ਚੱਲਦੇ ਹਾਂ ਆਪਣਾ ਚੱਕਦੇ ਹਾਂ ਜਸ਼ਨ ਅਤੇ ਫਿਰ ਮਿਲਦੇ ਹਾਂ ਅਗਲੀ ਥਾਂ 'ਤੇ ਧੁੱਪ ਬਹੁਤ ਜ਼ਿਆਦਾ ਅੱਜ ਸੋ ਸਾਨੂੰ ਸਾਡੇ ਵਿਛੜਾ ਭਰਾ ਮਿਲ ਚੁੱਕਾ ਵਾ ਅਤੇ ਹੁਣ ਆਪਾਂ ਆਏ ਹਾਂ ਡੀ ਏ ਵੀ ਕਾਲਜ ਲਾਗੇ ਜਿੱਥੇ ਆਪਾਂ ਖਾਣਾ ਸੀ ਉੱਥੇ ਖਾ ਨਹੀਂ ਪਾਏ ਕਿਉਂਕਿ ਉਹ ਬੰਦ ਸੀ ਅਤੇ ਹੁਣ ਆਪਾਂ ਆਏ ਹਾਂ ਪੰਡਿਤ ਜੀ ਕੋ ਇਹਦਾ ਕੁਲਚਾ ਖਾਣ ਵਾਸਤੇ ਕੀ ਹੁੰਦਾ ਇਹਦਾ ਮੈਨੂੰ ਪਤਾ ਨਹੀਂ ਕੁਲਚਾ ਅਤੇ ਚਾਟ ਨਾਲ ਕੁਲਚਾ ਚਾਟ ਫੋਨ ਬਣਾਉਂਦੇ ਆ ਵਿਖਾਉਂਦੇ ਆਪਾਂ ਕਿੱਦਾਂ ਦਾ ਹੁੰਦਾ ਪਹਿਲੀ ਨਹੀਂ ਸੁਣਿਆ ਨਾ ਚਾਟ ਨਾ ਕੁਲਚਾ ਚਲੋ ਵੇਖਦੇ ਹਾਂ ਸੋ ਇਹ ਕਿੱਦਾਂ ਬਣਦਾ ਭਾਈ ਚਾਟ ਕੁਲਚਾ ਬਣਦਾ ਭਾਈ ਦੇਖੋ ਪਹਿਲੇ ਪੈ ਚ ਕੇਲੇ ਕੇਲੇ ਆ ਗਿਆ ਇਹ ਸਪੀਡ ਚੈੱਕ ਕਰੋ ਭਾਈ ਭਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਆ ਮੈਂ 16 17 ਸਾਲ ਹੋ ਗਏ ਮੇਰੇ ਕੋਲ 17 ਸਾਲ ਹਾਂਜੀ ਮੈਂ ਚਾਹ ਆਲੂ ਆ ਗਿਆ ਜੀ ਇੱਕ ਸਾਡੀ ਪਲੇਟ ਵੀ ਲਾ ਦਿਓ ਚਲੋ ਬਈ ਮੂੰਹ 'ਚ ਪਾਣੀ ਨਹੀਂ ਆਇਆ ਤੇਰੇ ਮੂੰਹ 'ਚ ਪਾਣੀ ਨਹੀਂ ਆਇਆ ਤੇਰੇ ਆ ਗਿਆ ਯਾਰ ਤੂੰ ਸਾਰੇ ਵੇਖਿਆ ਵੀ ਨਹੀਂ ਮੈਂ ਤਾਂ ਪਹਿਲੇ ਵੀ ਖਾ ਕੇ ਕਹਿੰਦਾ ਤਦੇ ਤੇ ਤੁਹਾਨੂੰ ਲੈ ਆਹਾ ਥੈਂਕ ਯੂ ਰਾ ਤੈਨੂੰ ਕੋਈ ਨਾ ਚੀਜ਼ਾਂ ਖਵਾਵਾਂ ਘੈਂਟ ਘੈਂਟ ਮਿਹਨਾ ਰਿਹਾ ਕਰ ਤੂੰ ਚਲੋ ਬਈ ਸੋ ਆਪਣਾ ਆ ਗਿਆ ਵਾ ਫੜੋ ਸਰ ਸਿੰਪਲ ਸਾਡਾ ਵਾ ਖਾ ਕੇ ਵੇਖੀਏ ਕਿੱਦਾਂ ਦੇ ਖਾਈਏ ਸਭ ਤੋਂ ਪਹਿਲਾਂ ਆਪਾਂ ਟਰਾਈ ਕਰਾਂਗੇ ਇਹਦਾ ਟੇਸਟ ਕਿੱਦਾਂ ਦਾ ਹੁੰਦਾ
ਆਟਾ ਟੇਸਟ ਆ ਘੈਂਟ ਵਾ ਸੱਚੀ ਆ ਸਵਾਦ ਹੀ ਸਵਾਦ ਆ ਕੁਲਚੇ ਨਾ ਟੇਸਟ ਕਰੋ ਇੱਕ ਵਾਰ देखो कितनी भीड़ लग गई कोई नहीं क्या पता के देंगे कल सुबह ठीक है फिर स्वाद है मौसम घेंट हो गया वा मीह पैंदा पिया वा ते हुण आपां आए इत्थों ब्रिज वासी बन टिक्की खाण चलिए अमृतसर की जी सब तो फेमस बन टिक्की आ सो इतों मिलती है सो आप आए हैं अच खाने वास्ते बड़ा सिंपल जहा कंसैप्ट है इन्हों का बंद टिक्की चटनी और किसी चीज़ की लोग वर्त नहीं करते ना कोई प्याज जो आप दूसरी थान जाइए तो लोग वरतते ना प्याज सारा कुछ कुछ नहीं चटनी चेक करो अपनी बन टिक्की आ चुकी है चेक करो थानू मैं कह आप जाइए ना नॉर्मली बन टिक्की खाण तो वह सारे की करते हैं बिच प्याज की सारा कुछ पाते हैं टिक्की इन्हें सिंपल कंसैप्ट वा बंद वा इन्हों का अपना तैयार की होंगी है कोई बाजारों नहीं अंदर वेखोगे तो टिक्की बना के लाई होंगी है क्रिस्पी बनता सिर्फ ना दो चटनिया मिलती हैं एक रेड तो एक ग्रीन वो भी इन्हों की अपनी बनी हुई फोन आ गया तो आप टेस्ट करिए वैसे मेरी तो फेवरेट वा खा दी मैं बड़ा खाना हाँ फस्ट टाइम खान लगा चल फिर पहला तू ट्राई कर अच्छा जो फस्ट टाइम खान लगा फिर भाई ट्राई करूँगा अच्छा क्रिस्पी तो यार बड़ी है हो गया लड़ाई हो गई रेड चटनी लाई तू मामा टिक्की तो आ वा खाने की टिक्की जी क्रिस्पी है तो उत्तों बंद वक्रा जी कॉम्बीनेशन है चटनी आज तक मैं जिनी टिक्किया खाधी उन्ना सारे का अलग चटनी का है टेस्ट मैं सब तो अलग तो घैंट चटनी मिलती है बट एक देखो ट्राई कर अलग ही भाजी होनी कर लगे वैसे तो टेस्ट करते ही रेंगे पर अज कैमरा भी करते बस ये लड़ती बड़ी है सारे चटनी का टेस्ट टिक्की ना अज तो 8 साल पहले ना खाना मैं देखो मैं ब्रिज वासी का ना 8 साल पुरानी टिक्की है अज तक इसका टेस्ट वा जो ओही है सेम कोई डिफरेंट नहीं छोटे यार बड़ी लगी छोटे होंगे जो आया ना पापा ने घर आना मैं फोन कर दिया ऐतवार से ऐतवार अच्छा बन टिक्की ला आयो बन टिक्की खाना भाई यार दुकान भी मेरे हिसाब से 20 साल पुरानी लगन दी 20-25 साल है ना हैगी ना इन्नी इन्हें एक ब्रांच आ
लारेंस रोड से इतों वेरी फेमस आपा खाने निके निके गुलाब जामुन जलेबी ट्राई करा जी बेस्ट होंगी। तो आप मौसम वेलो मीह का बनया वा मीह पै दिया तो बारिश के मौसम के गर्मा गर्म गुलाब जामुन तो जलेबी खाने का मजा ही है भाई। तो यह वे गुलाब जामुन छोटे छोटे खाने खाने नजारा लाइए थोड़े सर खाइए स्टोरी धुप निकल इस तो पहला धुप निकल आप ट्राई करिए। तो गर्मा गर्म जलेबी आ इधर गुलाब जामुन के बच्चे गरम है चाटनी चौन दी एकदम क्रिस्पी बेस्ट जलेबी मैं इतों लगती है घ्यो भी लारेंस रोड से मेन देसी घ्यो की जलेबी देसी घ्यो देखा गरम है दोवें चीजा घेंट इस मिठा नॉर्मल इन्ना ज्यादा तेज नहीं पर स्टिल एकदम मक्खियां बड़ी तंग कर ओए। सो आपां नूं मकाई इत्त बल्ला कि बढ़न दी वड्डे तू खाला तू भी ट्राई कर ला कर लिया मैनूं ते लगन जे स्वाद चल ट्राई कर। सो गाइस हुणे हुणे इन्ने कुछ आइटम जे पाए सी चलो चल बोल चित्ती एंड करना व्लॉग ये यार सब्जी पूरे देसी घ्यो वाले जे ऑल ओवर घेंट आ चीज आ चीज एक करी खाओगे तेरे मुंह च खुरदी जाऊगी और ये इन्ने सॉफ्ट वा के मुंह च चाशनी वांग अंदर जाएंगे फड़ो बाकी बाकी ओदे बोले दियां बन दियां ते दे दते गरमा गरम जलेबियां वो भी देसी घ्यो चौधर गुलाब जामुन दा हुण आपां इहनूं मकाइए तो फिर चलिए आप इतने ब्लॉग का एंड करिए ब्लॉग घर जाके एंड कर दो गल कर तो हूँ आप लास्ट आइटम आई थी दो गल करिए नहीं नहीं वाली गल नहीं करनी अं सो आ लास्ट आइटम तो मौसम के नज़ारे लेंदे आप एंड करते हैं ब्लॉग मिलते हैं अगले ब्लॉग एंड करना अगले घर जाके एंड करते थोड़ी